ਮੈਦਾਨ ਖੁੱਲ ਗਏ ਦੋ ਡੈਮਾਂ ਦੇ ਫਲੱਡ ਗੇਟ। 11-11 ਫੁੱਟ ਖੋਲੇ 17 ਗੇਟ। ਨਦੀਆਂ 'ਚ ਛੱਡਿਆ ਗਿਆ ਏ ਪਾਣੀ। ਜੀ ਹਾਂ, ਇਹ ਖੌਫਨਾਕ ਤਬਾਹੀ ਦੀਆਂ ਤਸਵੀਰਾਂ ਨੇ ਜਿੱਥੇ ਦੋ ਡੈਮਾਂ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ। ਦੱਸ ਦੇ ਕਿ ਇਹਨਾਂ ਦੋ ਡੈਮਾਂ ਦੇ 17 ਗੇਟਾਂ ਨੂੰ 11-11 ਫੁੱਟ ਖੋਲ ਦਿੱਤਾ ਗਿਆ ਤੇ ਨਦੀਆਂ ਦੇ ਵਿੱਚ ਪਾਣੀ ਛੱਡਿਆ ਗਿਆ ਹੈ, ਜਿਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਇੱਥੋਂ ਤੱਕ ਕਿ ਲੋਕਾਂ ਦੀਆਂ ਗਲੀਆਂ ਤੱਕ ਪਾਣੀ ਪਹੁੰਚ ਚੁੱਕਿਆ ਹੈ, ਜਿੱਥੇ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕਰਕੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਨਦੀ ਦੇ ਆਸ ਪਾਸ ਦੇ ਇਲਾਕਿਆਂ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ। ਪੂਰੀ ਤਰ੍ਹਾਂ ਦੇ ਨਾਲ ਇਹ ਰਾਹ ਬੰਦ ਕਰ ਦਿੱਤੇ ਗਏ ਨੇ। ਪੁਲਿਸ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਇੱਥੇ ਬੈਰੀਕੇਡਿੰਗ ਕੀਤੀ ਗਈ ਹੈ, ਨਾਕੇ ਲਾਏ ਗਏ ਨੇ ਤਾਂ ਜੋ ਲੋਕ ਉਸ ਪਾਸੇ ਵੱਲ ਨਾ ਜਾਣ ਜਿੱਥੇ ਨਦੀ ਦਾ ਪਾਣੀ ਵੱਧ ਰਿਹਾ ਹੈ, ਜੋ ਕਿ ਹੁਣ ਸੜਕਾਂ ਤੋਂ ਹੁੰਦਾ ਹੋਇਆ ਗਲੀਆਂ ਦੇ ਵਿੱਚ ਵੀ ਵੜ ਰਿਹਾ ਹੈ। ਜਿੱਥੋਂ ਤੱਕ ਗਲੀਆਂ 'ਚ ਪਾਣੀ ਆ ਚੁੱਕਿਆ ਹੈ, ਉਸ ਤੋਂ ਅੱਗੇ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਹੈ ਤਾਂ ਜੋ ਲੋਕ ਉਸ ਪਾਸੇ ਵੱਲ ਨਾ ਜਾਣ, ਕਿਉਂਕਿ ਇੱਥੇ ਖਤਰਾ ਮੰਡਰਾ ਰਿਹਾ ਹੈ। ਤਸਵੀਰਾਂ ਗੁਜਰਾਤ ਦੇ ਮੋਰਬੀ ਦੀਆਂ ਨੇ, ਜਿੱਥੇ ਮੱਛੂ ਨਦੀ ਉਫਾਨ 'ਤੇ ਹੈ। ਪਾਣੀ ਛੱਡਿਆ ਗਿਆ ਹੈ ਡੈਮਾਂ ਦੇ ਵਿੱਚੋਂ, ਫਲੱਡ ਗੇਟ ਖੋਲ ਦਿੱਤੇ ਗਏ ਨੇ ਅਤੇ ਪਾਣੀ ਹਾਲੇ ਹੋਰ ਵੀ ਛੱਡਿਆ ਜਾ ਸਕਦਾ ਹੈ, ਜਿਸ ਕਰਕੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ। ਖਾਲੀ ਕਰਵਾਏ ਜਾ ਰਹੇ ਨੇ ਪਿੰਡ ਅਤੇ ਲੋਕਾਂ ਨੂੰ ਅਹਤਿਆਤ ਵਰਤਣ ਲਈ ਕਿਹਾ ਜਾ ਰਿਹਾ ਹੈ। ਤਸਵੀਰਾਂ ਦੇਖੋ ਕਿੰਨੀਆਂ ਡਰਾਉਣੀਆਂ ਨੇ ਕਿ ਇੱਥੇ ਫਲੱਡ ਗੇਟ ਜੋ ਖੋਲ੍ਹੇ ਗਏ ਨੇ ਉਸ ਦੇ ਵਿੱਚੋਂ ਪਾਣੀ ਦਾ ਵਹਾਅ ਦੇਖੋ, ਜਿਸ ਦੇ ਨਾਲ ਨਦੀਆਂ ਵੀ ਉਫਾਨ 'ਤੇ ਆ ਗਈਆਂ ਨੇ ਅਤੇ ਲੋਕ ਸਹਿਮੇ ਹੋਏ ਨੇ। ਬੇਸ਼ੱਕ ਪ੍ਰਸ਼ਾਸਨ ਦੇ ਵੱਲੋਂ ਇੱਥੇ ਬੈਰੀਕੇਡਿੰਗ ਕੀਤੀ ਗਈ ਹੈ, ਪੁਲਿਸ ਬਲ ਤੈਨਾਤ ਕੀਤਾ ਗਿਆ ਹੈ, ਪਰ ਇਸ ਪਾਣੀ ਨੂੰ ਜਾਂ ਕੁਦਰਤੀ ਆਫਤ ਨੂੰ ਕੌਣ ਰੋਕ ਸਕਦਾ ਹੈ, ਜਿਸ ਲਈ ਲੋਕਾਂ ਦੇ ਵਿੱਚ ਡਰ ਹੈ ਅਤੇ ਜੋ ਆਸ ਪਾਸ ਦੇ ਪਿੰਡ ਨੇ ਜੋ ਨਦੀਆਂ ਦੇ ਨੇੜੇ ਲੱਗਦੇ ਨੇ ਉੱਥੇ ਜ਼ਿਆਦਾ ਖਤਰਾ ਮੰਡਰਾ ਰਿਹਾ ਹੈ। ਗਲੀਆਂ ਤੱਕ ਪਾਣੀ ਪਹੁੰਚ ਚੁੱਕਿਆ ਹੈ, ਹੌਲੀ ਹੌਲੀ ਪਾਣੀ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਲੋਕ ਸਹਿਮੇ ਹੋਏ ਨੇ ਅਤੇ ਪ੍ਰਸ਼ਾਸਨ ਦੇ ਵੱਲੋਂ ਵੀ ਆਪਣੇ ਤੌਰ 'ਤੇ ਪੂਰੇ ਪ੍ਰਬੰਧ ਕੀਤੇ ਗਏ ਨੇ, ਨਜਿੱਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਹਾਲਾਤ ਬਣ ਰਹੇ ਨੇ। ਦੱਸ ਦੇ ਕਿ ਗੁਜਰਾਤ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ, ਜਿਸ ਤੋਂ ਬਾਅਦ ਹੁਣ ਪਾਣੀ ਛੱਡਣਾ ਪੈ ਰਿਹਾ ਹੈ। ਡੈਮ ਜਿਹੜੇ ਨੇ ਉਹ ਭਰ ਚੁੱਕੇ ਨੇ, ਨੱਕੋ ਨੱਕ ਭਰੇ ਹੋਏ ਨੇ, ਜਿਸ ਕਰਕੇ ਹੁਣ ਡੈਮਾਂ ਦੇ ਫਲੱਡ ਗੇਟ ਖੋਲ੍ਹੇ ਗਏ ਨੇ। 11-11 ਫੁੱਟ ਤੱਕ 17 ਗੇਟ ਨੇ ਜੋ ਖੋਲ੍ਹ ਦਿੱਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਪਾਣੀ ਨਦੀਆਂ ਦੇ ਵਿੱਚ ਛੱਡਿਆ ਜਾ ਰਿਹਾ ਹੈ। ਨਦੀਆਂ ਉਫਾਨ 'ਤੇ ਨੇ ਅਤੇ ਸਭ ਤੋਂ ਵੱਧ ਇੱਥੇ ਖਤਰਾ ਨਦੀਆਂ ਦੇ ਆਲੇ ਦੁਆਲੇ ਬਣੇ ਪਿੰਡਾਂ 'ਤੇ ਮੰਡਰਾ ਰਿਹਾ ਹੈ, ਜਿਨ੍ਹਾਂ ਦੇ ਵਿੱਚ ਪੁਲਿਸ ਵੀ ਬੈਰੀਕੇਡਿੰਗ ਕਰਕੇ ਨਾਕੇਬੰਦੀ ਕਰਕੇ ਬੈਠੀ ਹੋਈ ਹੈ। ਪਹਿਰਾ ਦਿੱਤਾ ਜਾ ਰਿਹਾ ਹੈ, ਜਿੱਥੋਂ ਤੱਕ ਪਾਣੀ ਪਹੁੰਚ ਗਿਆ ਹੈ ਉੱਥੋਂ ਤੱਕ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਲੋਕਾਂ ਨੂੰ ਨਦੀ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਜਾਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ।